ਉਧਰ ਧੂਰੀ ਬਰਨਾਲਾ ਮੁੱਖ ਮਾਰਗ ਉੱਤੇ ਪਿਛਲੇ 2 ਸਾਲ ਤੋਂ ਕੋਟਲਾ ਫੀਡਰ ਨਹਿਰ ਉੱਤੇ ਪੁਲ ਟੁੱਟਿਆ ਪਿਆ ਹੈ ਜਿਸ ਕਾਰਨ ਧੂਰੀ ਤੋਂ ਬਰਨਾਲਾ ਅਤੇ ਸ਼ੇਰਪੁਰ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਆਉਣ ਅਤੇ ਸੰਗਰੂਰ ਜਾਣ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਪਿਛਲੇ 3 ਦਿਨਾਂ ਤੋਂ ਮਰਨ ਵਰਤ ਉੱਤੇ ਧੂਰੀ ਦੇ SDM ਦਫ਼ਤਰ ਵਿੱਚ ਟੈਂਟ ਲਗਾ ਕੇ ਬੈਠੇ ਹੋਏ ਹਨ ਜਿਸ ਤੋਂ ਬਾਅਦ ਵਿਧਾਇਕ ਅਤੇ ADC ਵੀ ਉਹਨਾਂ ਨੂੰ ਮਿਲਣ ਪਹੁੰਚੇ ਇਸ ਪੁਲ ਦੀ ਉਸਾਰੀ ਲਈ 80% ਪੇਮੈਂਟ ਠੇਕੇਦਾਰ ਨੂੰ ਦੇ ਦਿੱਤੀ ਗਈ ਹੈ ਇਸ ਦੇ ਬਾਵਜੂਦ ਵੀ ਇਹ ਪੁਲ ਨਹੀਂ ਬਣ ਸਕਿਆ ਜਿਸ ਕਾਰਨ ਨਾਰਾਜ਼ ਸਰਪੰਚ ਯੂਨੀਅਨ ਦਾ ਪ੍ਰਧਾਨ SDM ਦਫ਼ਤਰ ਦੇ ਬਾਹਰ ਟੈਂਟ ਲਗਾ ਧਰਨੇ ਉੱਤੇ ਬੈਠ ਗਿਆ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਬਜੀਤ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲ ਦੀ ਉਸਾਰੀ ਸ਼ੁਰੂ ਨਹੀਂ ਹੁੰਦੀ ਉਸ ਦਾ ਮਰਨ ਵਰਤ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਬਿਲਕੁਲ ਜੀ ਇਹ ਜਿਹੜੀ ਸਾਡੇ ਹਲਕੇ ਦੀ ਮੰਗ ਸੀਗੀ ਕਾਫੀ ਲੰਬੇ ਸਮੇਂ ਤੋਂ ਤਕਰੀਬਨ 10 ਸਾਲ ਹੋ ਗਏ ਜੋ ਇਹ ਪੁਲ ਟੁੱਟਿਆ ਹੋਇਆ ਸੀ ਅਤੇ ਮੈਂ ਵੀ ਇਸ ਐਕਸ਼ਨ ਕਮੇਟੀ ਦਾ ਮੈਂਬਰ ਰਿਹਾ ਅਤੇ ਮੈਂ ਬਿਲਕੁਲ ਇਹ ਸਾਡੇ ਲੋਕਾਂ ਨਾਲ ਜਿਹੜੀ ਬਹੁਤ ਪਰੇਸ਼ਾਨੀ ਵਿਚਾਰੇ ਫੇਸ ਕਰਦੇ ਨੇ ਅਤੇ ਇਹਦੇ 'ਚ ਮੈਂ ਸਭ ਤੋਂ ਵੱਧ ਜਿਹੜਾ ਗੁਨਾਹਗਾਰ ਆ ਉਹ ਇੱਕੋ ਹੀ ਬੰਦਾ ਕਿਉਂਕਿ ਗੌਰਮੈਂਟ ਕੀ ਕਰ ਸਕਦੀ ਹੈ ਗੌਰਮੈਂਟ ਨੇ ਪੈਸੇ ਦਿੱਤੇ ਠੀਕ ਹੈ ਜੀ ਠੇਕੇਦਾਰ ਅਪੁਆਇੰਟ ਕਰਤਾ SDO ਉੱਥੇ ਖੜ੍ਹਾ ਰਹਿੰਦਾ ਇੱਕ ਬੰਦੇ ਦੀ ਨਲਾਇਕੀ ਕਾਰਨ ਇੱਕ ਬੰਦੇ ਦੀ ਸਿਰਫ ਵਧੀਆ ਕੰਮ ਕਰਨ ਦੀ ਨਾ ਗੁਜ਼ਾਰੀ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਠੇਕੇਦਾਰ ਆ ਇਹਦਾ ਉਹਨੇ ਇਹ ਸਾਰਾ ਜਿਹੜਾ ਕੰਮ ਖਰਾਬ ਕਰਿਆ ਉਹਨੇ ਬਣਦੇ ਸਮੇਂ ਦੇ ਵਿੱਚ ਇਹ ਜਿਹੜਾ ਪੁਲ ਆ ਉਹ ਕੰਪਲੀਟ ਨਹੀਂ ਕਰਿਆ ਨਹੀਂ ਹੁਣ ਨੂੰ ਤਾਂ ਬਿਲਕੁਲ ਜਿਹੜਾ ਇਹ ਪੁਲ ਸੀਗਾ ਉਹ ਕੰਪਲੀਟ ਹੋ ਜਾਂਦਾ ਅਤੇ ਲੋਕਾਂ ਲਈ ਰਾਹਤ ਬਣਨੀ ਸੀ ਕੋਈ ਮੇਰਾ ਚਾਚਾ ਕੋਈ ਮੇਰਾ ਤਾਇਆ ਹਰੇਕ ਬੰਦੇ ਨਾਲ ਮੇਰੀ ਰਿਸ਼ਤੇਦਾਰੀ ਆ ਮੈਂ ਬਿਲਕੁਲ ਇਹਨਾਂ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਵੀ ਮੈਂ ਆਪਾਂ ਇਹਨਾਂ ਦੇ ਕੋਈ ਉਹ ਮੈਂ ਤਾਂ ਇਹਨਾਂ ਨੂੰ ਸਬਕਾ ਇਹਨਾਂ ਨਾਲ ਹਮਦਰਦੀ ਹੈ ਮੇਰੀ ਅਤੇ ਮੈਂ ਕਿਉਂਕਿ ਇਹਨਾਂ ਦੇ ਨਾਲ ਪਹਿਲਾਂ ਵੀ ਹਿੱਸੇਦਾਰ ਰਿਹਾ ਇਹ ਚੀਜ਼ ਸਮੱਸਿਆ ਕੁਛ ਇਸ ਤਰ੍ਹਾਂ ਦੀ ਹੈ ਜਿਹਦਾ ਹੱਲ ਕੱਢਿਆ ਜਾ ਰਿਹਾ ਇੱਕ ਨਹੀਂ ਦੋ ਨਹੀਂ ਤਿੰਨ ਹੱਲ ਤਿੰਨ ਆਲਟਰਨੇਟਿਵ ਨੇ ਵੀ ਟਰਾਇੰਗ ਇਟ ਆਊਟ ਵੀ ਟਰਾਇੰਗ ਆਰ ਲੈਵਲ ਬੈਸਟ ਸੰਗਰੂਰ ਤੋਂ ਨਵਲ ਗਰਗ ਦੇ ਨਾਲ ਬਿਊਰੋ ਰਿਪੋਰਟ KTV